ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼, ਮੈਂ ਹਾਂ ਵਿਜੇ ਵੋਰਾ। ਪ੍ਰੋਗਰਾਮ ਮੁੱਦਾ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਲਈ ਵੋਟਿੰਗ ਹੋਈ ਹੈ, ਰਿਜ਼ਲਟ ਐਲਾਨੇ ਜਾ ਚੁੱਕੇ ਨੇ, ਜੰਮੂ ਕਸ਼ਮੀਰ ਦੇ ਵਿੱਚ ਰਿਜ਼ਲਟ ਐਲਾਨੇ ਜਾ ਚੁੱਕੇ ਨੇ, ਤਾਂ ਤਮਾਮ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ। ਹਰਿਆਣਾ ਦੇ ਵਿੱਚ ਉਲਟ ਫੇਰ ਹੋਇਆ, ਉਸਦੇ ਉੱਤੇ ਚਰਚਾ ਕਰਾਂਗੇ। ਦਿੱਗਜ ਜੋ ਕੈਂਡੀਡੇਟ ਸਨ ਉਹ ਹਾਰੇ, ਚਾਹੇ ਉਹ ਭਾਜਪਾ ਦੇ ਹੋਣ ਜਾਂ ਫਿਰ ਕਾਂਗਰਸ ਦੇ ਹੋਣ ਜਾਂ ਫਿਰ ਇਨੈਲੋ ਦੇ ਹੋਣ, ਤਾਂ ਤਮਾਮ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ। ਮੇਰੇ ਨਾਲ ਮੇਰੇ ਐਗਜ਼ੀਕਿਊਟਿਵ ਐਡੀਟਰ ਅਨਿਲ ਭਾਰਦਵਾਜ ਮੌਜੂਦ ਨੇ। ਤਾਂ ਭਾਰਦਵਾਜ ਜੀ ਬਹੁਤ ਬਹੁਤ ਸਵਾਗਤ। ਸ਼ੁਕਰੀਆ ਜੀ ਭਾਰਦਵਾਜ ਜੀ। ਸਭ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਜਿਸ ਤਰ੍ਹਾਂ ਦੇ ਨਤੀਜੇ ਆਏ ਨੇ, ਉਲਟ ਫੇਰ ਦੱਸਿਆ ਜਾ ਰਿਹਾ, ਕਾਂਗਰਸ ਨੂੰ ਐਗਜ਼ਿਟ ਪੋਲਾਂ ਦੇ ਵਿੱਚ ਵਿਨ ਦੱਸਿਆ ਜਾ ਰਿਹਾ ਸੀਗਾ, ਸਰਕਾਰ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਸੀਗਾ, ਪਰ ਉਸਦੇ ਉਲਟ ਭਾਜਪਾ ਜਿਹੜੀ ਹੈ ਹੁਣ ਸਰਕਾਰ ਬਣਾ ਰਹੀ ਹੈ। ਦੇਖੋ ਉਲਟ ਫੇਰ ਤਾਂ ਕੋਈ ਨਹੀਂ ਹੈ, ਉਲਟ ਫੇਰ ਇਹ ਜ਼ਰੂਰ ਹੈ ਕਿ ਐਗਜ਼ਿਟ ਪੋਲ ਜੋ ਦੱਸ ਰਹੇ ਸੀ ਉਹ ਉਲਟ ਹੈ। ਉਲਟ ਫੇਰ ਹੋਰ ਤਾਂ ਕੋਈ ਹੈ ਹੀ ਨਹੀਂ, ਹੈ ਨਾ। ਉਹ ਇੱਕ ਅਸੈਸਮੈਂਟ ਹੁੰਦੀ ਹੈ, ਅਸੈਸਮੈਂਟ ਕਿਸ ਤਰੀਕੇ ਨਾਲ ਕੀਤੀ, ਕਿੱਦਾਂ ਸਰਵੇ ਹੋਏ, ਕਿਹੜੇ ਕਿਹੜੇ ਲੋਕਾਂ ਤੋਂ, ਕਿੰਨੇ ਲੋਕਾਂ ਤੋਂ ਰਾਏ ਲਿੱਤੀ ਗਈ, ਬਟ ਅਲਟੀਮੇਟਲੀ ਹਰਿਆਣਾ ਤਾਂ ਬਿਲਕੁਲ ਟੋਟਲੀ ਉਲਟ ਹੋ ਗਿਆ। ਹਰਿਆਣਾ ਦੇ ਵਿੱਚ ਜੋ ਫਿਗਰ ਇਸ ਟਾਈਮ ਬੀਜੇਪੀ ਦੀ ਦਿਖ ਰਹੀ ਹੈ, ਇਸ ਤੋਂ ਕਿਤੇ ਜ਼ਿਆਦਾ ਫਿਗਰ ਜਿਹੜੀ ਹੈ ਉਹ ਕਾਂਗਰਸ ਦੱਸੀ ਜਾ ਰਹੀ ਸੀ, ਔਰ ਬੀਜੇਪੀ ਦੀ ਫਿਗਰ ਜਿਹੜੀ ਹੈ ਉਹ ਜਿਹੜੀ ਕਾਂਗਰਸ ਉਹ ਤੋਂ ਕਿਤੇ ਥੱਲੇ ਦੱਸੀ ਜਾ ਰਹੀ ਸੀ। ਸੋ ਮਤਲਬ ਲੋਕ ਰਾਜ ਹੈ, ਲੋਕਾਂ ਦਾ ਆਪਣਾ ਮਨ ਹੈ, ਉਹ ਆਪਣੇ ਹਿਸਾਬ ਨਾਲ ਵੋਟਿੰਗ ਕਰਦੇ ਹੈ। ਹਰਿਆਣਾ ਦੇ ਵਿੱਚ ਬਿਲਕੁਲ ਸਪਸ਼ਟ ਹੋ ਚੁੱਕੀ ਹੈ ਸਥਿਤੀ, ਹੁਣ 48 ਸੀਟਾਂ ਭਾਰਤੀ ਜਨਤਾ ਪਾਰਟੀ, ਕਾਂਗਰਸ 37, 3 ਇੰਡੀਪੈਂਡੈਂਟ ਔਰ 2 ਇੰਡੀਅਨ ਨੈਸ਼ਨਲ ਲੋਕ ਦਲ, ਫਿਰ ਇਹਨੇ ਸੀਟਾਂ ਜਿੱਤੀਆਂ। ਸੋ ਇਹ ਪੋਜੀਸ਼ਨ ਉੱਥੇ ਦੀ ਲਾਸਟ ਜਿਹੜੀ ਫਾਈਨਲ ਪਿਕਚਰ ਹੈਗੀ। ਹੁਣ ਇਹ ਹੈ ਕਿ ਨਾਇਬ ਸਿੰਘ ਸੈਣੀ ਆਲਰੇਡੀ ਉਮੀਦਵਾਰ ਐਲਾਨੇ ਜਾ ਚੁੱਕੇ ਹੈ, ਇੱਕ ਫਾਰਮਲ ਤੌਰ 'ਤੇ ਜਿਹੜਾ ਹੈਗਾ ਲੈਜਿਸਲੇਟਿਵ ਪਾਰਟੀ ਦੀ ਮੀਟਿੰਗ ਹੋਏਗੀ, ਉਹਦੇ 'ਚ ਉਹਨਾਂ ਨੂੰ ਲੀਡਰ ਚੁਣ ਲਿਆ ਜਾਏਗਾ, ਉਸ ਤੋਂ ਬਾਅਦ ਉਹ ਸੀ ਐੱਮ ਦੀ ਜਿਹੜੀ ਸਹੁੰ ਹੈ ਉਹ ਚੱਕ ਲੈਣਗੇ। ਇੱਕ ਹੈ ਕਿ ਅਨਿਲ ਵਿਜ ਜਿਹੜੇ ਅੰਬਾਲਾ ਤੋਂ ਜਿੱਤੇ, ਉਹਨਾਂ ਨੇ ਵੀ ਦਾਅਵਾ ਠੋਕਿਆ ਆਪਣਾ ਕਿ ਮੈਂ ਮੁੱਖ ਮੰਤਰੀ ਹੋਣਾ ਚਾਹੀਦਾ, ਮੈਂ ਸੀਨੀਅਰ ਹਾਂ ਸਾਰਿਆਂ ਤੋਂ। ਸੋ ਉਹ ਦੇਖਣਾ ਹੋਏਗਾ ਪਾਰਟੀ ਕਿਸ ਤਰੀਕੇ ਨਾਲ ਕੀ ਐਡਜਸਟਮੈਂਟ ਕਰਦੀ ਹੈ। ਬਾਕੀ ਹਰਿਆਣਾ ਨੂੰ ਲੈ ਕੇ ਬਿਲਕੁਲ ਕਲੀਅਰ ਚੀਜ਼ ਜਿਹੜੀ ਹੈ, ਪਿਕਚਰ ਬਿਲਕੁਲ ਸਾਫ਼ ਔਰ ਸਪਸ਼ਟ ਹੋ ਚੁੱਕੀ ਹੈ। ਤਾਂ ਬਿਲਕੁਲ ਗੱਲ ਕਰਾਂਗੇ ਦਿੱਗਜਾਂ ਦੀ, ਤਾਂ ਦਿੱਗਜ ਦੋਨੋਂ ਹੀ ਪਾਰਟੀਆਂ ਦੇ ਦੋਨੋਂ ਹੀ, ਕਿਉਂ ਇਨੈਲੋ ਦੇ ਵੀ ਨਾਲ ਗੱਲ ਲਗਾ ਲਈਏ ਤਾਂ ਦਿੱਗਜ ਵੱਡੇ ਵੱਡੇ ਹਾਰ ਗਏ ਨੇ, ਉਲਟ ਫੇਰ ਜਿਹੜਾ ਹੈ ਇਸ ਚੋਣਾਂ ਦੇ ਵਿੱਚ ਦੇਖਣ ਨੂੰ ਮਿਲੇ। ਬਿਲਕੁਲ ਬਿਲਕੁਲ, ਦੇਖੋ ਅਗਰ ਬੀਜੇਪੀ ਦੀ ਗੱਲ ਕਰੀਏ ਤਾਂ ਭਵਿਆ ਬਿਸ਼ਨ ਹੋਈ ਆਦਮਪੁਰ ਤੋਂ, ਉਹ ਮਤਲਬ ਲਾਸਟ ਰਾਊਂਡ ਤੱਕ, ਸੈਕਿੰਡ ਲਾਸਟ ਰਾਊਂਡ ਤੱਕ ਉਹ ਲੀਡ ਕਰ ਰਹੇ ਸੀ, ਆਖਰੀ ਦੌਰ 'ਚ ਜਾ ਕੇ ਫਿਰ ਜਿਹੜਾ ਬਿਲਕੁਲ ਲਾਸਟ ਰਾਊਂਡ ਹੋਇਆ ਉਹਦੇ 'ਚੋਂ ਹਾਰ ਗਏ ਹੈ। ਉਸ ਤੋਂ ਇਲਾਵਾ ਗੱਲ ਕਰੀਏ ਆਪਾਂ ਅਭੈ ਚੌਟਾਲਾ, ਉਹ ਜਿਹੜੇ ਨੇ ਐਲਨਾਬਾਦ ਤੋਂ INLD ਦੇ ਦਿੱਗਜ ਆਗੂ, ਉਹ ਹਾਰ ਗਏ ਉੱਥੋਂ। ਅਤੇ INLD ਦੀਆਂ ਜਿਹੜੀਆਂ 2 ਸੀਟਾਂ ਆਈਆਂ ਉਹ ਆਪਾਂ ਕਮਬੈਕ ਕਹਿ ਸਕਦੇ ਹਾਂ ਕਿ INLD ਨੇ ਪਿਛਲੀ ਜਿਹੜੀ ਚੋਣ ਸੀਗੀ 2019 ਦੀ, ਉਹਦੇ 'ਚ ਇੱਕ ਸੀ ਸਿਰਫ ਅਭੈ ਚੌਟਾਲਾ ਜਿੱਤੇ ਸੀ, ਅਤੇ ਐਤਕੀ 2 ਸੀਟਾਂ ਜਿੱਤੀਆਂ, ਦੋਵੇਂ ਚੌਟਾਲਾ ਪਰਿਵਾਰ ਦੇ ਵਿੱਚੋਂ ਹੈ, ਆਦਿਤਯ ਦੇਵੀ ਲਾਲ ਔਰ ਅਰਜੁਨ ਚੌਟਾਲਾ, ਇਹ ਜਿਹੜੇ ਦੋਵੇਂ ਨੇ ਇਹ ਜਿੱਤ ਗਏ ਹੈ। ਇੱਕ ਨੇ ਜਿੱਤ ਹਾਸਲ ਕੀਤੀ ਹੈ ਆਪਣਾ ਡਬਵਾਲੀ ਤੋਂ, ਅਤੇ ਇੱਕ ਰਾਣੀਆਂ ਤੋਂ ਜਿੱਤੇ ਹੈ। ਸੋ ਕੁੱਲ ਮਿਲਾ ਕੇ ਇਹ ਹੈਗਾ ਜਿਹੜੇ ਦਿੱਗਜਾਂ ਦੀ ਗੱਲ ਹੈ ਜਿੱਥੇ ਤੱਕ, ਉਹਦੇ 'ਚ ਹੁਣ ਦਿੱਗਜਾਂ ਦੇ ਵਿੱਚ ਆਪਾਂ ਗੱਲ ਕਰ ਲਈਏ JJP ਦੀ, ਤਾਂ JJP 'ਚ ਦੁਸ਼ਯੰਤ ਚੌਟਾਲਾ ਵੀ ਹਾਰ ਗਏ, ਦਿੱਗਵਿਜੇ ਚੌਟਾਲਾ ਵੀ ਹਾਰ ਗਏ। ਕਾਂਗਰਸ ਦੀ ਗੱਲ ਕਰੀਏ ਤਾਂ ਇਹਨਾਂ ਦੇ ਜਿਹੜੇ ਸਟੇਟ ਪ੍ਰੈਜੀਡੈਂਟ ਉਹਦੇ ਪਰ ਉਹਨਾਂ ਦੀ ਹਾਰ ਹੋਈ ਹੈ। ਸੋ ਕਾਫੀ ਉਲਟ ਫਿਰ, ਇਸ ਲਿਹਾਜ਼ ਨਾਲ ਉਲਟ ਫਿਰ ਜ਼ਰੂਰ ਹੈ ਕਿ ਹਾਂ, ਇਸ ਲਿਹਾਜ਼ ਨਾਲ ਉਲਟ ਫਿਰ ਹੈ ਕਿ ਕਈ ਵੱਡੇ ਆਗੂ ਜਿਹੜੇ ਆ ਉਹ ਹਾਰੇ ਆ, ਅਤੇ ਤਕਰੀਬਨ ਜਿਹੜੇ ਵੱਡੇ ਨਾਮ ਹੋਰ ਹੈ ਉਹ ਤਕਰੀਬਨ ਉਹਨਾਂ ਦੀ ਜਿੱਤ ਹੋਈ ਹੈ। ਉਹਨਾਂ ਦੇ ਵਿੱਚ ਆਪਾਂ ਗੱਲ ਕਰ ਲਈਏ ਨਾਇਬ ਸਿੰਘ ਸੈਣੀ ਦੀ, ਅਨਿਲ ਵਿਜ ਦੀ, ਆਪਣੇ ਸ਼ਰੂਤੀ ਚੌਧਰੀ ਦੀ, ਇਹ ਜਿਹੜੇ ਨਾਮ ਹੈਗੇ ਇਹ BJP ਵੱਲੋਂ ਜਿੱਤ ਕੇ ਆਏ ਆ। ਕਾਂਗਰਸ ਵੱਲੋਂ ਹੋਈ ਭੁਪਿੰਦਰ ਸਿੰਘ ਹੁੱਡਾ, ਗੀਤਾ
ਮੁਕਲ ਚੰਦਰ ਮੋਹਨ ਦੀ ਵਾਪਸੀ ਹੋਈ ਹੈ। ਦੋ ਪਿਛਲੀਆਂ ਚੋਣਾਂ ਉਹ ਹਾਰ ਗਏ ਸੀ, ਪਰ ਇਸ ਵਾਰ ਚੰਦਰ ਮੋਹਨ ਜਿਹੜੇ ਆ ਉਹ ਜਿੱਤੇ ਆ, ਫਾਰਮਰ ਡਿਪਟੀ ਸੀ ਐਮ ਐਮ ਚੌਧਰੀ ਭਜਨ ਲਾਲ ਦੇ ਬੇਟੇ ਆ ਉਹ। ਸੋ ਇਹਨਾਂ ਤੋਂ ਇਲਾਵਾ ਸੁਰਜੇਵਾਲਾ ਪਰਿਵਾਰ 'ਚੋਂ ਆਦਿਤਯ ਸੁਰਜੇਵਾਲਾ, ਅਸ਼ੋਕ ਅਰੋੜਾ, ਗੀਤਾ ਪੁੱਕਰ, ਇਹ ਤਮਾਮ ਸਾਰੇ ਨਾਮ ਹੈਗੇ ਜਿਹੜੇ ਇਹ ਜਿੱਤ ਕੇ ਆਏ ਆ। ਸੋ ਪਿਕਚਰ ਬਿਲਕੁਲ ਕਲੀਅਰ ਹੋ ਚੁੱਕੀ ਹੈ ਹਰਿਆਣਾ ਦੀ। ਭਾਜਪਾ ਦੇ ਕਈ ਮੰਤਰੀ ਵੀ ਹਾਰ ਗਏ ਨੇ, ਤਾਂ ਆਪਾਂ ਗੱਲ ਕਰੀਏ ਸਭ ਤੋਂ ਪਹਿਲੇ ਹਿਸਾਰ ਦੀ, ਤਾਂ ਹਿਸਾਰ ਦੇ ਵਿੱਚ ਸਾਵਿਤਰੀ ਜਿੰਦਲ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ, ਆਜ਼ਾਦ ਤੌਰ 'ਤੇ ਚੋਣਾਂ ਲੜੀਆਂ। ਹਾਂ ਬਿਲਕੁਲ, ਦੇਖੋ ਆਜ਼ਾਦ ਤਿੰਨ ਆਜ਼ਾਦ ਉਮੀਦਵਾਰ ਜਿੱਤੇ, ਤਿੰਨੇ ਆਜ਼ਾਦ ਉਮੀਦਵਾਰਾਂ ਦਾ ਜਿਹੜਾ ਮਾਰਜਨ ਹੈ ਨਾ, ਬਹੁਤ ਵੱਡਾ ਮਾਰਜਨ ਹੈ। ਮਤਲਬ ਇੱਕ ਤਰੀਕੇ ਦੇ ਨਾਲ, ਮਤਲਬ ਉਹ ਮਾਰਜਨ ਦੇਖ ਕੇ ਇੱਦਾਂ ਲੱਗਦਾ ਵੀ ਕੋਈ ਮੁਕਾਬਲੇ 'ਚ ਨਹੀਂ ਸੀ, ਕੋਈ ਪਾਰਟੀ ਵੀ ਮੁਕਾਬਲੇ 'ਚ ਨਹੀਂ, ਸਿਰਫ ਉਹਨਾਂ ਨੂੰ ਹੀ ਵੋਟਾਂ ਪੈ ਗਈਆਂ। ਤੁਸੀਂ ਦੇਖੋ ਦਵਿੰਦਰ ਕਾਦਿਆਨ ਗਨੌਰ ਤੋਂ 35,209 ਦਾ ਮਾਰਜਨ, ਸਵਿਤਰੀ ਜਿੰਦਲ 18,941 ਦਾ ਮਾਰਜਨ, ਫਿਰ ਉਸ ਤੋਂ ਅੱਗੇ ਰਜੇਸ਼ ਜੂਨ ਜਿਹੜੇ ਆ 41,999 ਦਾ ਮਾਰਜਨ। ਮਤਲਬ ਮਾਰਜਨ ਦੇਖੋ ਕਿੱਡਾ ਕਿੱਡਾ ਮਾਰਜਨ ਹੈ, ਕਾਫੀ। ਮਤਲਬ ਇਹ ਹੈ ਕਿ ਜਿਹੜੀ ਸਟੇਟ ਹਰਿਆਣਾ ਹੈ ਉਹਦਾ ਵੋਟਰ ਜਿਹੜਾ ਹੈਗਾ ਉਹ ਪਿਛਲੇ 5 ਚੋਣਾਂ ਤੋਂ, ਇਹ ਬਿਲਕੁਲ 5 ਉਸ ਤੋਂ ਪਹਿਲਾਂ ਵੀ, ਬਟ ਆਪਾਂ ਇਸ ਸਦੀ ਦੀਆਂ ਜਿਹੜੀਆਂ 5 ਚੋਣਾਂ ਹੈਗੀਆਂ ਉਹਨਾਂ ਤੋਂ ਆਪਾਂ ਦੇਖ ਲਈਏ, 2004, 2009, 2014, 19 ਅਤੇ 24 ਜਿਹੜੀ ਗੌਰਮੈਂਟ ਸੈਂਟਰ 'ਚ ਹੈ ਉਹਦੀ ਸਰਕਾਰ ਸਟੇਟ 'ਚ ਬਣਾਉਂਦਾ। ਤਾਂ ਬਿਲਕੁਲ ਮੰਤਰੀਆਂ ਦੀ ਗੱਲ ਕਰ ਰਿਹਾ ਸੀਗਾ ਮੈਂ, ਅੰਬਾਲਾ ਤੋਂ ਜਿਹੜੇ ਇਸ ਵਾਰ ਸੈਣੀ ਸਰਕਾਰ ਦੇ ਵਿੱਚ ਮੰਤਰੀ ਬਣਾਏ ਗਏ ਅਸੀਮ ਗੋਇਲ, ਉਹ ਹਾਰ ਗਏ। ਇਸੇ ਦੇ ਨਾਲ ਥਾਣੇਸਰ ਤੋਂ ਸੁਧਾ ਜਿਹੜੇ ਨੇ ਉਹ ਹਾਰ ਗਏ ਨੇ। ਤਾਂ ਕਿਤੇ ਨਾ ਕਿਤੇ ਬੀਜੇਪੀ ਨੂੰ ਨੁਕਸਾਨ ਤਾਂ ਹੋਇਆ ਇਸ ਵੇਲੇ, ਪੁਰਾਣੇ ਜਿਹੜੇ ਲੀਡਰ ਸੀਗੇ ਉਹ ਹਾਰਦੇ ਦੇਖੇ, ਹਾਲਾਂਕਿ ਨੈਬ ਸਿੰਘ ਸੈਣੀ ਮੁੱਖ ਮੰਤਰੀ ਜਿਹੜੇ ਨੇ ਉਹ ਵੀ ਅੱਗੇ ਪਿੱਛੇ ਹੁੰਦੇ ਰਹੇ, ਅਨਿਲ ਵਿੱਚ ਵੀ ਅੱਗੇ ਪਿੱਛੇ ਹੁੰਦੇ ਰਹੇ। ਹਾਂ ਬਿਲਕੁਲ, ਦੇਖੋ ਚੀਜ਼ ਹੈ ਅਲਟੀ, ਦੇਖੋ ਉਹ ਤਾਂ ਗੱਲ ਉਹੀ ਆ ਜਾਂਦੀ ਹੈ ਵੀ ਐਂਡ ਰਿਜ਼ਲਟ ਕੀ ਰਿਹਾ। ਐਂਡ ਰਿਜ਼ਲਟ ਇਹ ਹੈ ਕਿ ਬੀਜੇਪੀ ਜਿੱਤ ਗਈ ਹੈ, ਬੀਜੇਪੀ ਦੀ ਮੈਜੋਰਟੀ ਆ ਗਈ ਹੈ। 2014 'ਚ ਫੁੱਲ ਫਲੈਜ ਮੈਜੋਰਟੀ ਆਈ ਸੀ 47 ਸੀਟਾਂ, ਐਤਕੀ ਉਹਦੇ ਦੇ ਵਿੱਚ ਇੱਕ ਇਜ਼ਾਫਾ ਹੈ। ਪਿਛਲੇ ਚੋਣ ਦੀ ਆਪਾਂ ਗੱਲ ਕਰੀਏ 19 ਦੀ, ਉਹਦੇ ਨਾਲੋਂ 8 ਸੀਟਾਂ ਜ਼ਿਆਦਾ, ਪਿਛਲੀ ਵਾਰੀ 40 ਸੀ, ਐਤਕੀ 48 ਹੈ। ਸੋ ਕੁੱਲ ਮਿਲਾ ਕੇ ਇਹੀ ਹੈ ਕਿ ਬੀਜੇਪੀ ਗੌਰਮੈਂਟ ਮਜ਼ਬੂਤੀ ਦੇ ਨਾਲ ਤੀਜੀ ਵਾਰ ਫਿਰ ਜਿਹੜਾ ਹੈ ਸੱਤਾ 'ਤੇ ਕਾਬਜ਼ ਹੋਣ ਜਾ ਰਹੀ ਹੈ। ਇੱਕ ਗੱਲ ਗੋਪਾਲ ਕਾਂਡਾ ਦੀ ਕਰਨੀ ਜ਼ਰੂਰ ਬਣਦੀ ਹੈ, ਤਾਂ ਗੋਪਾਲ ਕਾਂਡਾ ਦੀ ਹਾਰ ਨੂੰ ਕਿੱਦਾਂ ਦੇਖ? ਦੇਖੋ ਉਹਨਾਂ ਦਾ ਸਮਝੌਤਾ ਹੋ ਗਿਆ ਸੀ INLD ਦੇ ਨਾਲ ਪਿਛਲੇ ਟਾਈਮ 'ਚ ਆ ਕੇ, ਬਟ ਉਹ ਗੱਲ ਬਣੀ ਨਹੀਂ। ਮਤਲਬ ਕਾਫੀ ਟਫ ਚੱਲਦਾ ਰਿਹਾ, ਪਰ ਅਲਟੀਮੇਟਲੀ ਆ ਕੇ ਫਿਰ ਜਿਹੜਾ ਹੈ ਗੋਪਾਲ ਕਾਂਡਾ ਜਿਹੜਾ ਉਹ ਕਾਫੀ 7,000 ਦਾ ਮਾਰਜਨ ਮੇਰੇ ਖਿਆਲ ਹੁੰਦਾ ਹੈਗਾ ਉਹਨਾਂ ਦੀ ਸੀਟ 'ਤੇ। ਸੋ ਹੁਣ ਇਹ ਜਿਹੜਾ ਇਲੈਕਸ਼ਨ ਹੈ ਨਾ ਜੀ, ਇਹ ਇਲੈਕਸ਼ਨ ਨੇ ਇੱਕ ਚੀਜ਼ ਕਲੀਅਰ ਕਰਤੀ ਕਿ ਇਹਦੇ 'ਚ ਜੋ ਪਿਛਲੀ ਗੌਰਮੈਂਟ ਆਪਾਂ ਕਹਿ ਸਕਦੇ ਉਹ ਕੋਐਲੀਸ਼ਨ ਗੌਰਮੈਂਟ ਸੀ, ਐਤਕੀ ਮੈਜੋਰਟੀ ਦੀ ਗੌਰਮੈਂਟ ਹੈ। ਇਹਦੇ 'ਚ ਇੰਡੀਪੈਂਡੈਂਟਸ ਹੋ ਗਏ ਜਾਂ ਹੋਰ ਉਹਨਾਂ ਦਾ ਕੋਈ ਬਹੁਤਾ ਉਸ ਹਿਸਾਬ ਦਾ ਰੋਲ ਨਹੀਂ ਜੀ। ਉਹ ਆਪਣੇ ਹਲਕਿਆਂ ਦੀ ਗੱਲ ਕਰਨਗੇ, ਆਪਣੇ ਹਲਕਿਆਂ ਡਿਵੈਲਪਮੈਂਟ ਦੀ ਗੱਲ ਕਰਨਗੇ, ਬਟ ਅਗਰ ਕਿਹਾ ਜਾਵੇ ਕਿ ਗੌਰਮੈਂਟ ਚਲਾਉਣ ਦੇ ਵਿੱਚ ਕੋਈ ਸਹਿਯੋਗ ਦੀ ਜ਼ਰੂਰਤ ਹੈ ਤਾਂ ਉਹ ਸਹਿਯੋਗ ਨਹੀਂ ਚਾਹੀਦਾ। ਸੋ ਪਿਛਲੀ ਗੌਰਮੈਂਟ ਜ਼ਰੂਰ ਸੀਗਾ, ਇਸ ਵਾਰ ਫੁੱਲ ਫਲੈਜ ਮੈਜੋਰਟੀ ਹੈਗੀ, ਬਟ ਇਹ ਜ਼ਰੂਰ ਹੈ ਕਿ ਜਦੋਂ ਫਿਰ ਕਿਤੇ ਆਪਣਾ ਰਾਜ ਸਭਾ ਇਲੈਕਸ਼ਨ ਆਉਂਦਾ ਉਸ ਵੇਲੇ ਜਦੋਂ ਨੰਬਰ ਦੀ ਜ਼ਰੂਰਤ ਪੈਂਦੀ ਹੈ ਉਹ ਹੁੰਦਾ। ਸੋ ਤਮਾਮ ਸਾਰੀਆਂ ਚੀਜ਼ਾਂ ਹੈਗੀਆਂ ਉਹ ਅੱਗੇ ਫਿਰ ਆਪਣਾ ਟਾਈਮ ਜਿਹੜਾ ਹੈ ਅੱਗੇ ਜਦੋਂ ਆਏਗਾ ਉਹ ਅੱਗੇ ਚੱਲਣਗੀਆਂ ਚੀਜ਼ਾਂ। ਫਿਲਹਾਲ ਇਹ ਹੈ ਕਿ ਬੀਜੇਪੀ ਹਰਿਆਣਾ ਦੇ ਵਿੱਚ ਜਿੱਤ ਚੁੱਕੀ ਹੈ ਅਤੇ ਹੈਟ੍ਰਿਕ ਜਿਹੜੀ ਆ ਉਹਨਾਂ ਨੇ ਜਿੱਤ ਦੀ ਲਾਈ ਹੈ ਔਰ ਹੈਟ੍ਰਿਕ ਹੀ ਹੁਣ ਸਰਕਾਰ ਬਣਾਉਣਗੇ, ਹੈਟ੍ਰਿਕ ਸਰਕਾਰ ਦੀ ਵੀ ਲੱਗਦੀ ਹੈ। ਤਾਂ ਬਿਲਕੁਲ ਆਮ ਆਦਮੀ ਪਾਰਟੀ ਦੀ ਗੱਲ ਕਰਨੀ ਪੈਂਦੀ ਹੈ ਹਰਿਆਣਾ ਦੇ ਵਿੱਚ, ਤਾਂ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨ ਨੂੰ ਤੁਸੀਂ ਕਿੱਦਾਂ ਦੇਖਦੇ? ਦੇਖੋ ਜਿਹੜਾ ਪ੍ਰਦਰਸ਼ਨ ਹੈ ਉਹਨਾਂ ਨੂੰ ਜਿਹੜੀ ਵੋਟਿੰਗ ਹੈ ਉਹ 1.79% ਵੋਟ ਉੱਥੇ ਪਈ ਹੈ, ਕਾਂਗਰਸ ਨੂੰ ਪਈ ਉੱਥੇ 39.10% ਅਤੇ ਭਾਰਤੀ ਜਨਤਾ ਪਾਰਟੀ ਨੂੰ ਪਈ ਹੈ 39.90%। ਜੇ ਇਹ ਮਤਲਬ ਹੁਣ ਇਹ ਤਾਂ ਜੇ ਵਾਲੀ ਗੱਲ ਹੈ, ਬਟ ਅਗਰ ਇਹ ਇਕੱਠੇ ਹੁੰਦੇ ਤਾਂ ਹੋ ਸਕਦਾ ਕਿ ਰਿਜ਼ਲਟ ਜਿਹੜਾ ਹੈਗਾ ਉਹ ਬਿਹਤਰ ਹੁੰਦਾ, ਕਿਉਂਕਿ ਇੱਕ ਤਾਂ ਇਹ ਵੋਟ ਚਾਹੇ 1.79% ਹੈ
ਅੰਕੜਾ ਛੋਟਾ ਲੱਗਦਾ ਬਟ ਬਹੁਤ ਸਾਰੀਆਂ ਸੀਟਾਂ ਜਦੋਂ ਆਪਾਂ ਕੈਲਕੂਲੇਟ ਕਰਾਂਗੇ ਇੱਕ ਵਾਰ ਫਾਈਨਲ ਅੰਕੜੇ ਆਉਣਗੇ ਉਸ ਤੋਂ ਬਾਅਦ ਦੇਖਣ ਜਾਏਗਾ ਕਿ ਕਿੰਨੀਆਂ ਸੀਟਾਂ 'ਤੇ ਇਹ ਜਿਹੜੀ 1.79% ਵੋਟ ਹੈ ਇਹਨੇ ਨੁਕਸਾਨ ਕੀਤਾ ਕਾਂਗਰਸ ਦਾ, ਕਿੰਨੀਆਂ ਸੀਟਾਂ ਕਾਂਗਰਸ ਬਿਲਕੁਲ ਲੋਅ ਮਾਰਜਨ 'ਤੇ ਹਾਰੀ, ਜਿਵੇਂ ਆਪਾਂ ਗੱਲ ਉਚਾਣਾ ਕਲਾਂ ਦੀ ਉਹ ਕਰ ਲਈਏ ਹੈ ਨਾ, 32 ਸੀਟਾਂ ਦਾ ਮਾਰਜਨ ਹੈ ਸਾਰਾ। ਸੋ ਇਸ 'ਤੇ ਇਸ 'ਤੇ ਔਰ ਇੱਕ ਉਹਦੇ ਨਾਲ ਪਰਸੈਪਸ਼ਨ ਡਿਵੈਲਪ ਹੋ ਸਕਦੀ ਸੀ ਕਿ ਦੋਵੇਂ ਪਾਰਟੀਆਂ ਇਕੱਠੀਆਂ ਲੜ ਰਹੀਆਂ, ਵੋਟ ਬੰਡ ਨਹੀਂ ਹੋ ਰਹੀ, ਸੋ ਉਹ ਵੀ ਹੈ। ਬਾਕੀ ਕਾਂਗਰਸ ਦੇ ਆਪਣੇ ਉਹ ਕਾਂਗਰਸ ਹੁਣ ਆਪਣਾ ਸਮੀਖਿਆ ਕਰੇਗੀ ਕੀ ਕਾਰਨ ਰਹੇ ਕੀ ਨਹੀਂ ਰਹੇ, ਉਹ ਪਾਰਟੀ ਲੈਵਲ ਦੀਆਂ ਗੱਲਾਂ ਹੈਗੀਆਂ। ਫਿਲਹਾਲ ਇਹੀ ਕਿ ਨਤੀਜਾ ਸਭ ਦੇ ਸਾਹਮਣੇ। ਤਾਂ ਬਿਲਕੁਲ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ ਤਾਂ ਆਮ ਆਦਮੀ ਪਾਰਟੀ ਨੂੰ ਹਾਲਾਂਕਿ ਹਰਿਆਣਾ ਦੇ ਵਿੱਚ ਕੋਈ ਸਫਲਤਾ ਨਹੀਂ ਮਿਲੀ, ਪਰ ਆਪਾਂ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਜੰਮੂ ਕਸ਼ਮੀਰ ਦੇ ਵਿੱਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੀ ਜਿਹੜੀ ਭਾਈਵਾਲੀ ਹੈ ਉਹ ਕਿਤੇ ਨਾ ਕਿਤੇ ਉੱਪਰ ਦਿਖ ਰਹੀ ਹੈ, ਤਾਂ ਹੁਣ ਸਰਕਾਰ ਕਾਂਗਰਸ ਅਤੇ ਐਨਸੀ ਦੀ ਬਣਦਾ ਦਿਖੇਗੀ। ਹਾਂ ਬਿਲਕੁਲ, ਦੇਖੋ ਉੱਥੇ ਬਿਲਕੁਲ ਕਲੀਅਰ ਕੱਟ ਹੋ ਚੁੱਕਿਆ, ਹੁਣ 42 ਸੀਟਾਂ ਨੈਸ਼ਨਲ ਕਾਨਫਰੰਸ ਨੂੰ, ਕਾਂਗਰਸ ਨੂੰ 6, 48 ਸੀਟਾਂ ਉਹਦੀਆਂ ਆ ਗਈਆਂ। ਸੇਮ ਪੋਜੀਸ਼ਨ ਦੇਖੋ, 48 ਸੀਟਾਂ ਹਰਿਆਣਾ ਦੇ ਵਿੱਚ ਇਕੱਲੀ ਬੀਜੇਪੀ ਨੂੰ ਆਈਆਂ, ਸਰਕਾਰ ਬਣ ਰਹੀ ਹੈ ਉੱਧਰ, ਇੰਡੀਆ ਬਲੋਕ ਇਕੱਠਾ ਲੜਿਆ ਉਹਨਾਂ ਨੂੰ 48 ਸੀਟਾਂ ਆਈਆਂ, ਅਤੇ ਉੱਥੇ ਜਿਹੜੀ ਆ ਉਹ ਗੌਰਮੈਂਟ ਬਣਨ ਜਾ ਰਹੀ ਹੈ। ਬੀਜੇਪੀ ਨੂੰ 29 ਸੀਟਾਂ ਆਈਆਂ ਜੰਮੂ ਰੀਜਨ ਦੇ ਵਿੱਚ ਹੀ, ਇਹਨਾਂ ਨੇ ਬੇਸਿਕਲੀ 43 ਚੋਂ 29 ਸੀਟਾਂ ਉੱਥੇ ਜਿੱਤੀਆਂ ਇਹਨਾਂ ਨੇ। ਕਸ਼ਮੀਰ ਰੀਜਨ 'ਚ ਇਹਨਾਂ ਨੂੰ ਕੋਈ ਸੀਟ ਨਹੀਂ ਆਈ। ਉਸ ਤੋਂ ਅੱਗੇ PDP 3 ਸੀਟਾਂ ਜਿੱਤੀਆਂ ਉਹਨਾਂ ਨੇ, ਜਿਹੜੀ ਉੱਥੇ ਦੀ CPM ਹੈ, CPM ਨੂੰ 1 ਸੀਟ ਆਈ ਹੈ। ਇੰਡੀਪੈਂਡੈਂਟ 7 ਜਿੱਤੇ ਹੈ, ਔਰ ਇੱਕ ਉੱਥੇ ਦੀ ਪੀਪਲ ਕਾਨਫਰੰਸ ਜਿਹੜੀ ਪਾਰਟੀ ਹੈ ਉਹਨੂੰ ਵੀ 1 ਸੀਟ ਮਿਲੀ ਹੈ। ਔਰ ਸਭ ਤੋਂ ਜਿੱਦਾਂ ਤੁਸੀਂ ਜ਼ਿਕਰ ਕੀਤਾ, ਅਹਿਮ ਗੱਲ ਇਹ ਕਿ ਆਮ ਆਦਮੀ ਪਾਰਟੀ ਦਾ ਖਾਤਾ ਜੰਮੂ ਕਸ਼ਮੀਰ ਵੀ ਖੁੱਲ ਗਿਆ, ਡੋਡਾ ਦੀ ਸੀਟ ਉਹਨਾਂ ਨੇ ਜਿੱਤੀ ਹੈ, ਔਰ ਅਰਵਿੰਦ ਕੇਜਰੀਵਾਲ ਉਹਨਾਂ ਨੇ ਉਹ ਉਹਨਾਂ ਦੀ ਗੱਲ ਵੀ ਜਿਹੜੇ MLA ਉੱਥੋਂ ਬਣੇ ਆ ਉਹਨਾਂ ਦੇ ਨਾਲ ਹੋਈ ਹੈ। ਔਰ ਆਮ ਆਦਮੀ ਪਾਰਟੀ ਇਸ ਚੀਜ਼ ਨੂੰ ਲੈ ਕੇ ਪੂਰਾ ਉਤਸ਼ਾਹਿਤ ਹੈ, ਉਹ ਪੂਰੇ ਵਧਾਈਆਂ ਦੌਰ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਹੋਣ, ਚਾਹੇ ਰਾਘਵ ਚੱਡਾ ਹੋਣ, ਜੋ ਸਾਰਿਆਂ ਨੇ ਮਤਲਬ ਹੋ ਗਿਆ ਕਿ ਖਾਤਾ ਖੁੱਲ੍ਹ ਗਿਆ JNK 'ਚ, ਮਤਲਬ 5ਵੀਂ ਸਟੇਟ ਹੋ ਗਈ ਜਿੱਥੇ ਇਹਨਾਂ ਦੇ MLA ਆ ਗਏ, ਦਿੱਲੀ ਔਰ ਪੰਜਾਬ ਸਰਕਾਰਾਂ, ਗੋਆ, ਗੁਜਰਾਤ ਔਰ ਹੁਣ ਜੰਮੂ ਐਂਡ ਕਸ਼ਮੀਰ, ਇੱਥੇ ਜਿਹੜਾ ਹੈਗਾ ਇਹਨਾਂ ਦੀ ਜਿਹੜਾ ਹੈ ਹੁਣ ਪ੍ਰਤੀਨਿਧਤਾ ਹੋ ਗਈ ਉੱਥੇ। ਹਾਲਾਂਕਿ ਵੋਟ ਜਿਹੜੀ ਆ ਉਹ 10% ਹੈ, ਬਟ ਇੱਕ MLA ਜਿੱਤ ਗਿਆ ਅਤੇ ਇਹ ਉਹਨਾਂ ਵਾਸਤੇ ਵੱਡੀ ਅਚੀਵਮੈਂਟ ਹੈ। ਬਟ ਫਿਰ ਉਹੀ ਹੈ ਕਿ ਮਜ਼ਬੂਤੀ ਦੇ ਨਾਲ ਲੋਕਤੰਤਰ ਬਹੁਤ ਮਜ਼ਬੂਤ ਹੋ ਕੇ ਉੱਭਰਿਆ ਜੰਮੂ ਕਸ਼ਮੀਰ 'ਚ, ਖਾਸ ਕਰਕੇ ਕਿਉਂਕਿ ਜੰਮੂ ਕਸ਼ਮੀਰ 'ਤੇ ਨਿਗਾਹ ਸੀ ਪੂਰੀ ਕਿ 2019 'ਚ ਜਦੋਂ ਰੀਓਰਗਨਾਈਜੇਸ਼ਨ ਹੋਈ ਹੈ ਕਿ ਉਸ ਤੋਂ ਬਾਅਦ ਜਦੋਂ ਚੋਣ ਹੋਏਗੀ ਤਾਂ ਉਹਦੇ 'ਚ ਕੀ ਹੋਏਗਾ। ਸੋ ਵੋਟਰ ਨੇ ਉੱਥੇ ਦਾ ਜਿਹੜਾ ਹੈ ਆਪਣਾ ਫਤਵਾ ਦਿੱਤਾ, ਉਹਨਾਂ ਨੇ ਆਪਣਾ ਡਿਸੀਜਨ ਸੁਣਾਤਾ। ਹੁਣ ਸਰਕਾਰ ਬਣੇਗੀ, ਸਰਕਾਰ ਉਮੀਦ ਹੈ ਮਜ਼ਬੂਤੀ ਨਾਲ ਚੱਲੇਗੀ। ਔਰ ਜਿਹੜੇ ਹੁਣ ਗੱਲ ਆਉਣੀ ਹੈ ਮੈਨੀਫੈਸਟੋ ਦੀ, ਜੋ ਮੈਨੀਫੈਸਟੋ ਉੱਥੇ ਦੇ ਜਦੋਂ ਇਲੈਕਸ਼ਨ ਹੋਈ ਆ, ਪ੍ਰਚਾਰ ਹੋਇਆ, ਉਸ ਵੇਲੇ ਜਿਹੜੇ ਵਾਅਦੇ ਕੀਤੇ ਗਏ ਲੋਕਾਂ ਨਾਲ, ਉਹ ਵਾਅਦੇ ਕਿਵੇਂ ਪੂਰੇ ਹੋਣਗੇ, ਉਹ ਕਾਫੀ ਕੰਸਰਨ ਆ ਉਸ ਚੀਜ਼ ਦਾ। ਆਰਟੀਕਲ 370 ਦਾ ਵੀ ਉਹਦੇ 'ਚ ਜ਼ਿਕਰ ਹੈ, ਉਹਦੇ 'ਚ ਪਾਕਿਸਤਾਨ ਓਕੂਪਾਈਡ ਕਸ਼ਮੀਰ ਦੀਆਂ ਗੱਲਾਂ ਵੀ ਜਿਹੜੀਆਂ ਹੈਗੀਆਂ ਉਸ ਟਾਈਮ ਹੋਈਆਂ, ਅਤੇ ਉਸ ਤੋਂ ਅੱਗੇ ਜਿਹੜਾ ਕੁਛ ਕੈਟੇਗਰੀਜ਼ ਦੀ ਰਿਜ਼ਰਵੇਸ਼ਨ ਦਾ ਇਸ਼ੂ ਹੈ ਉਹ ਵੀ ਹੈ, ਅੱਤਵਾਦ ਦਾ ਇਸ਼ੂ ਉੱਥੇ ਵੱਡਾ, ਅਤੇ ਕਿਸ ਤਰੀਕੇ ਦੇ ਨਾਲ ਉੱਥੇ ਡਿਵੈਲਪਮੈਂਟ ਹੁਣ ਅੱਗੇ ਵਧੇ, ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਅੱਗੇ ਹੁਣ ਦੇਖਣੀਆਂ ਪੈਣਗੀਆਂ। ਅਤੇ ਇਹਦੇ ਨਾਲ ਹੀ ਜਿਹੜਾ ਸਟੇਟਹੁੱਡ ਹੈ ਜੰਮੂ ਕਸ਼ਮੀਰ ਨੂੰ ਸਟੇਟਹੁੱਡ ਮੁੜ ਬਹਾਲੀ ਹੋਵੇ, ਉਹ ਚੀਜ਼ ਉਹ ਕਦੋਂ ਤੱਕ ਹੁਣ ਹੁੰਦਾ ਉਹ ਵੀ ਦੇਖਣਾ ਪਏਗਾ, ਕਿਉਂਕਿ ਵੋਟਾਂ ਜਿਹੜੀਆਂ ਹੈਗੀਆਂ ਬੜੀ ਅਮਨ ਅਮਾਨ ਨਾਲ ਉੱਥੇ ਹੋਈਆਂ, ਬਿਲਕੁਲ ਸ਼ਾਂਤੀਪੂਰਵਕ ਤਰੀਕੇ ਨਾਲ ਗੌਰਮੈਂਟ ਵੀ ਚੁਣ ਲਈ ਗਈ ਹੈ ਹੁਣ ਉੱਥੇ। ਹੁਣ ਉਹ ਜਿਹੜਾ ਅਮਲ ਦੂਸਰਾ ਹੈਗਾ ਹੁਣ ਵੀ ਉੱਥੇ ਸਟੇਟਹੁੱਡ, ਕਿਉਂਕਿ ਜਦੋਂ 2019 'ਚ ਰੀਓਰਗਨਾਈਜੇਸ਼ਨ ਹੋਈ ਹੈ, ਲੱਦਾਖ ਨੂੰ ਅਲੱਗ ਕੀਤਾ ਗਿਆ ਔਰ ਜੰਮੂ ਕਸ਼ਮੀਰ ਨੂੰ ਅਲੱਗ ਸਟੇਟ ਬਣਾਇਆ ਗਿਆ, ਤਾਂ ਯੂਨੀਅਨ ਟੈਰੀਟਰੀ ਦਾ ਦਰਜਾ ਦਿੱਤਾ ਗਿਆ, ਫੁੱਲ ਸਟੇਟ ਦਾ ਦਰਜਾ ਨਹੀਂ ਹੈ। ਸੋ ਸਟੇਟਹੁੱਡ ਦੀ ਬਹਾਲੀ ਦਾ ਇਸ਼ੂ ਵੀ ਜਿਹੜਾ ਹੈਗਾ ਇਲੈਕਸ਼ਨ ਦਾ ਇੱਕ ਅਹਿਮ ਮੁੱਦਾ ਸੀ।
ਸੋ ਦੇਖਣਾ ਹੋਏਗਾ ਉਸ ਪਾਸੇ ਨੂੰ ਹੁਣ ਚੀਜ਼ਾਂ ਕਿਵੇਂ ਤੁਰਦੀਆਂ। ਬਟ ਇਹ ਜ਼ਰੂਰ ਹੈ ਕਿ ਦੋਵੇਂ ਸਟੇਟਾਂ ਦੇ ਵਿੱਚ ਬਹੁਤ ਹੀ ਮਤਲਬ ਸਪਸ਼ਟ ਨਤੀਜੇ ਜਿਹੜੇ ਹੈਗੇ, ਕੋਈ ਹੰਗ ਵਾਲੀ ਗੱਲ ਨਹੀਂ ਹੈ, ਬਿਲਕੁਲ ਸਪਸ਼ਟ ਨਤੀਜੇ ਹੈ। ਦੋਵੇਂ ਸਰਕਾਰਾਂ, ਇੱਕ ਪਾਸੇ NDA ਦੀ ਗੌਰਮੈਂਟ ਹਰਿਆਣਾ ਦੇ ਵਿੱਚ ਔਰ ਦੂਸਰੇ ਪਾਸੇ ਇੰਡੀਆ ਬਲੋਕ ਦੀ ਗੌਰਮੈਂਟ ਜੰਮੂ ਕਸ਼ਮੀਰ 'ਚ। ਤਾਂ ਬਿਲਕੁਲ ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਵਿੱਚ ਹੁਣ ਜੋ ਵਾਅਦੇ ਦਾਅਵੇ ਕੀਤੇ ਗਏ ਸਨ ਚੋਣ ਪ੍ਰਚਾਰ ਦੌਰਾਨ, ਤਾਂ ਦੇਖਣਾ ਹੋਏਗਾ ਨਵੀਆਂ ਸਰਕਾਰਾਂ ਬਣਨ ਤੋਂ ਬਾਅਦ ਉਸਦੇ ਉੱਤੇ ਕਿੰਨਾ ਕੁ ਕੰਮ ਹੁੰਦਾ ਹੈ। ਫਿਲਹਾਲ ਦੇ ਲਈ ਦੋ ਇਜਾਜ਼ਤ, ਜੁੜੇ ਰਹੋ ਮੁੱਦਾ ਪ੍ਰੋਗਰਾਮ ਦੇ ਵਿੱਚ, ਦੇਖਦੇ ਰਹੋ ਫੈਕਟ ਨਿਊਜ਼। ਧੰਨਵਾਦ।